ਵੰਟੜ ਦਾ ਮਿਲਿਆ ਖਿਤਾਬ ਤੈਨੂੰ ਵੇ, ਮੌਤ ਨੇੜੇ ਤੇੜੇ ਤੇਰੇ ਬੌੜੀ ਲੱਗਦੀ। ਇੱਕ ਸੰਧੂ ਹੁੰਦਾ ਸੀ ਤੇ ਸੰਧੂ ਸਾਡੇ ਨਾਲ ਖੁਦ ਮੌਜੂਦ ਹੈ ਜੀ ਬੀਬੀਸੀ ਪੰਜਾਬੀ ਦਾ। ਤੁਹਾਡਾ ਸਵਾਗਤ, ਮੈਂ ਸੁਨੀਲ, ਸਵਾਗਤ ਇੱਕ ਵਾਰੀ ਫਿਰ ਬੀਬੀਸੀ। ਥੈਂਕ ਯੂ ਸੋ ਮਚ। ਕਿਵੇਂ ਹੋ ਤੇ ਸੰਧੂ ਦਾ ਕੀ ਹਾਲ ਹੈ? ਸੰਧੂ ਬਹੁਤ ਵਧੀਆ ਜੀ, ਬਹੁਤ ਘੈਂਟ ਹੈ ਔਰ ਆਪਾਂ ਵੀ ਫੁੱਲ ਵਧੀਆ। ਤੁਸੀਂ ਪ੍ਰੈਸ ਕਾਨਫਰੰਸ 'ਚ ਇੱਕ ਗੱਲ ਕਹੀ ਸੀ ਕਿ ਫਿਲਮ ਪੂਰੀ ਐਂਟਰਟੇਨਿੰਗ ਹੈ, ਸੋਸ਼ਲ ਇਸ਼ੂਜ਼ 'ਤੇ ਅਸੀਂ ਹੋਰ, ਧਾਰਮਿਕ ਇਸ਼ੂਜ਼ 'ਤੇ ਅਸੀਂ ਹੋਰ ਫਿਲਮਾਂ ਬਣਾਉਂਦੇ ਰਹਿੰਦੇ ਹਾਂ। ਇਸ ਫਿਲਮ 'ਚ ਸਿਰਫ ਐਂਟਰਟੇਨਮੈਂਟ ਹੈ ਜਾਂ ਸਾਨੂੰ ਕੁਛ ਮਿਲੇਗਾ ਵੀ, ਕਿਉਂਕਿ ਸਟੂਡੈਂਟ ਪੋਲੀਟਿਕਸ ਇਸ਼ੂ ਤਾਂ ਹੈ ਹੀ ਹੈ। 2 ਕਿਲੋ ਅੰਬ ਵੀ ਮਿਲਣਗੇ ਤੁਹਾਨੂੰ। ਅੱਛਾ, ਕੁਛ ਵੀ ਮਿਲ ਸਕਦਾ ਫਿਲਮ ਦੇ ਵਿੱਚ। ਐਕਚੁਅਲੀ ਕੀ ਹੈ ਨਾ ਜੀ, ਜਿਹੜਾ ਮੈਸੇਜ ਆ ਨਾ, ਮੈਸੇਜ ਦੇਣ ਵਾਲੇ ਦੀ ਬਜਾਏ ਨਾ ਮੈਸੇਜ ਕੱਢਣ ਵਾਲਾ ਚਾਹੀਦਾ ਵਾ। ਸੋ ਹਰ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਮੈਸੇਜ ਹੁੰਦੇ ਨੇ, ਕਈ ਛੋਟੇ ਛੋਟੇ ਡਾਇਲੋਗਸ ਦੇ ਵਿੱਚ ਮੈਸੇਜਸ ਹੁੰਦੇ ਨੇ। ਯਾਰੀ, ਦੋਸਤੀ, ਫਰੈਂਡਸ਼ਿਪ, ਦੋਸਤੀ ਕਿੰਨੀ ਕੁ ਇੰਪੋਰਟੈਂਸ ਰੱਖਦੀ ਆ ਹਰ ਬੰਦੇ ਦੀ ਲਾਈਫ ਦੇ ਵਿੱਚ। ਤੁਹਾਨੂੰ ਵਿਸ਼ਵਾਸ ਕਿਸ ਕਿਸ ਲੈਵਲ ਦਾ ਕਰਨਾ ਚਾਹੀਦਾ, ਕਿਸ ਲੈਵਲ ਦਾ ਨਹੀਂ ਕਰਨਾ ਚਾਹੀਦਾ, ਹੈ ਨਾ। ਪਿਆਰ ਆ ਜਿਹੜਾ, ਕਿ ਕੁੜੀ ਨੂੰ ਪਿਆਰ ਆਪਣੇ ਮਦਰ ਫਾਦਰ ਤੋਂ ਵੀ ਇੰਪੋਰਟੈਂਟ ਹੋ ਜਾਂਦਾ ਵਾ, ਕਿ ਮੁੰਡੇ ਨੂੰ ਕੁੜੀ ਨੂੰ ਘਰੋਂ ਕੱਢ ਕੇ ਲਿਆਉਣਾ ਚਾਹੀਦਾ ਜਾਂ ਨਹੀਂ ਲਿਆਉਣਾ ਚਾਹੀਦਾ। ਇਹ ਸਾਰੇ ਹੀ ਅੱਜ ਦੀ ਡੇਟ ਦੇ ਸਮਾਜ ਦੇ ਸੋਸ਼ਲ ਇਸ਼ੂ ਨੇ। ਜ਼ਿੰਦਗੀ ਵਿੱਚ ਦੋ ਰਿਸ਼ਤੇ ਅਸੀਂ ਆਪਣੇ ਆਪ ਚੁਣਦੇ ਹਾਂ, ਇੱਕ ਯਾਰ ਤੇ ਦੂਜਾ ਪਿਆਰ। ਇਟਸ ਨੋਟ ਅ ਸੋਸ਼ਲ ਫਿਲਮ, ਇਟਸ ਆ ਫੁੱਲ ਆਫ ਐਂਟਰਟੇਨਮੈਂਟ ਫਿਲਮ। ਬਟ ਐਂਟਰਟੇਨਮੈਂਟ ਵਾਲੀ ਫਿਲਮ ਦਾ ਮਤਲਬ ਐਂ ਨਹੀਂ ਹੁੰਦਾ ਕਦੇ ਵੀ ਆਪਾਂ ਸਿਰਫ ਐਂਟਰਟੇਨਮੈਂਟ ਹੀ ਰੱਖਤਾ ਅਤੇ ਲੋਕ ਮਿਸਗਾਈਡ ਹੋ ਕੇ ਬਾਹਰ ਨਿਕਲਣ ਨਾ। ਅਰਦਾਸ ਇੱਕ ਇੱਦਾਂ ਦੀ ਫਿਲਮ ਸੀ ਜਿਹਦੇ 'ਚ ਆਰਾਮ ਨਾਲ ਉੱਠ ਕੇ ਬਾਹਰ ਨਿਕਲਦੇ ਸੀਗੇ। ਕੈਰੀ ਓਨ ਜੱਟਾ ਇੱਕ ਉਹ ਫਿਲਮ ਸੀ ਜਿਹਦੇ 'ਚ ਅੰਦਰ ਤਾੜੀਆਂ ਪੈਂਦੀਆਂ ਸੀ, ਕੂਕਾਂ ਪੈਂਦੀਆਂ ਸੀ, ਲੋਕਾਂ ਨੇ ਦੋਨੇ ਹੀ ਦੇਖੀਆਂ ਨੇ, ਠੀਕ ਹੈ। ਹੁਣ ਬਟ ਫਿਲਮਾਂ ਅਲੱਗ ਅਲੱਗ ਜ਼ੋਨ ਦੀਆਂ ਨੇ, ਸਹੀ, ਠੀਕ ਹੈ। ਹੁਣ ਆਪਣੇ ਹਿੰਦੁਸਤਾਨ ਦੇ ਵਿੱਚ ਵਾਰ ਵਰਗੀ ਫਿਲਮ 300 ਕਰੋੜ ਦਾ, 300 ਤੋਂ ਵੀ ਪਲੱਸ ਦਾ ਬਿਜ਼ਨਸ ਹੈ, ਆਪਾਂ ਉਹਨੂੰ ਵੀ ਦੇਖਿਆ ਵਾ। ਐਕਸ਼ਨ ਚੱਲਦੇ ਸੀ, ਸਾਡੀ ਫਿਲਮ 'ਚ ਉਵੇਂ ਗਲੇ ਨਹੀਂ ਕੱਟ ਹੋਣੇ, ਉੱਦਾਂ ਗੋਲੀਆਂ ਨਹੀਂ ਚੱਲਣੀਆਂ ਹੈਗੀਆਂ। ਪੰਜਾਬੀ ਫਿਲਮ ਦੇ ਕਈ ਦਾਇਰੇ ਹੁੰਦੇ ਨੇ, ਕਈ ਰਿਸਟ੍ਰਿਕਸ਼ਨਸ ਹੁੰਦੀਆਂ ਨੇ। ਤੁਸੀਂ ਇੱਦਾਂ ਦੇ ਲੈਂਗੁਏਜ ਦੇ ਵਰਡ ਨਹੀਂ ਬੋਲ ਸਕਦੇ, ਇਹ ਨਹੀਂ ਕਿ ਸੈਂਸਰ ਨਹੀਂ ਪਾਸ ਕਰਦਾ, ਇਹ ਕਿ ਸਾਡੀ ਕਮਿਊਨਿਟੀ ਲਈ ਉਹ ਠੀਕ ਨਹੀਂ। ਹੁਣ ਕਿਉਂਕਿ ਵਾਰਨਿੰਗ ਵੀ ਆ ਗਈ, ਵੈਬ ਸੀਰੀਜ਼ ਜਿਹੜੀ ਤੁਸੀਂ ਲੈ ਕੇ ਆਏ ਸੀਗੇ, ਉਸ ਤੋਂ ਬਾਅਦ ਪੋਸਤੀ ਵੀ ਆ ਰਹੀ ਹੈ, ਜਿਹੜਾ ਕੰਟੈਂਟ ਦੇ ਵਿੱਚ ਜਿਹੜੀ ਬੋਲਡਨੈਸ ਆਈ ਹੈ ਜੀ, ਇਹਦੇ ਪਿੱਛੇ ਕੀ ਰੀਜ਼ਨ ਹੈ? ਦੇਖੋ ਮੈਨੂੰ, ਕਿਉਂਕਿ ਬਤੌਰ ਪ੍ਰੋਡਿਊਸਰ ਤੁਸੀਂ ਜੁੜੇ, ਬਿਲਕੁਲ, ਹਰ ਚੀਜ਼ ਦਾ ਇੱਕ ਸਮਾਂ ਹੈ, ਹਰ ਚੀਜ਼ ਦਾ ਇੱਕ ਦੌਰ ਹੈ। ਪੋਸਤੀ ਨੋ ਡਾਊਟ ਇੱਕ ਜਿਹੜਾ ਸਬਜੈਕਟ ਹੈ ਨਾ, ਬੜਾ ਸਟਰੋਂਗ ਸਬਜੈਕਟ ਹੈ। ਐਕਚੁਅਲੀ ਫਿਲਮ ਬਹੁਤ ਸੋਸ਼ਲ ਹੈ, ਪੋਸਤੀ ਜਿਹੜਾ ਡਰੱਗ ਦੇ ਉੱਤੇ ਜੋ ਕੁਛ ਚੱਲ ਰਿਹਾ, ਜੋ ਮਾਹੌਲ ਹੈ, ਜੋ ਚੀਜ਼ਾਂ ਹੈ, ਅਸੀਂ ਖੁੱਲ੍ਹ ਕੇ ਖੇਡੇ ਹਾਂ। ਸਬਜੈਕਟ ਇੰਟਰਸਟਿੰਗ ਬਹੁਤ ਹੈ, ਇੰਟਰਟੇਨਿੰਗ ਸਬਜੈਕਟ ਆ, ਕਿਉਂਕਿ ਅਮਲੀ ਦੀ ਕਹਾਣੀ ਹੈ, ਅਮਲੀ ਕਰੈਕਟਰ ਹੈ ਬਹੁਤ। ਪੋਸਤੀ ਆਪਣੇ ਆਪ 'ਚ ਕਰੈਕਟਰ, ਜਿਹੜੀ ਪੋਸਤ ਇੱਕ ਡਰੱਗ ਹੈਗਾ ਉਹਦੇ ਉੱਤੇ ਬੇਸਡ ਹੈਗਾ। ਜਦੋਂ ਤੁਸੀਂ ਪਾਕਿਸਤਾਨ ਜਾਂਦੇ ਹੋ, ਇਹਨਾਂ ਮਸਲਿਆਂ ਦੀ ਗੱਲ ਜਦੋਂ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ 5 ਦਰਿਆ ਹੁੰਦੇ ਸੀ, 6ਵਾਂ ਦਰਿਆ ਨਸ਼ਿਆਂ ਦਾ ਵਗਣ ਲੱਗ ਗਿਆ, ਜਦੋਂ ਤੁਸੀਂ ਪਾਕਿਸਤਾਨ ਜਾਂਦੇ ਹੋ ਉਦੋਂ ਇਸ ਤਰ੍ਹਾਂ ਦੇ ਟੌਪਿਕਸ ਉੱਤੇ ਗੱਲ ਹੁੰਦੀ ਹੈ ਕਿਸੇ ਨਾਲ? ਦੇਖੋ, ਪਾਕਿਸਤਾਨ ਜਦੋਂ ਮੈਂ ਹੁਣ ਜਾ ਕੇ ਆਇਆ ਵਾਂ, ਬਿਲੀਵ ਕਰਿਓ ਤੁਸੀਂ, ਮੇਰੇ ਨਾਲ ਇੱਕ ਇਸ ਤਰ੍ਹਾਂ ਦਾ ਐਕਸਪੀਰੀਅੰਸ ਸੀ, ਕਿਸੇ ਵੀ ਪਾਕਿਸਤਾਨ ਦੇ ਪੱਤਰਕਾਰ, ਹਰ ਜਗ੍ਹਾ 'ਤੇ ਮੈਨੂੰ ਪ੍ਰੈਸ ਮਿਲੀ, ਪਾਕਿਸਤਾਨ ਹਰ ਜਗ੍ਹਾ 'ਤੇ ਪ੍ਰੈਸ ਮਿਲੀ, ਹਰ ਜਗ੍ਹਾ 'ਤੇ ਲੋਕ ਮਿਲੇ, ਉਹਨਾਂ ਨੇ ਮੈਨੂੰ ਕੋਈ ਵੀ ਸਵਾਲ ਨਹੀਂ ਕੀਤਾ, ਉਹਨਾਂ ਨੇ ਮੈਨੂੰ ਇੱਕੋ ਇੱਕ ਸਵਾਲ ਕੀਤਾ। ਹਰ ਬੰਦਾ ਮੈਨੂੰ ਕਹਿੰਦਾ ਜੀ ਭਾਅ ਜੀ ਜੀ ਆਇਆਂ ਨੂੰ ਪਾਕਿਸਤਾਨ ਦੇ ਵਿੱਚ, ਭਾਅ ਜੀ ਤੁਹਾਨੂੰ ਪਾਕਿਸਤਾਨ ਆ ਕੇ ਕਿੱਦਾਂ ਲੱਗਿਆ? ਫਿਰ ਮੈਂ ਗਿਆ ਸਿਰਫ 2.5 ਦਿਨ ਲਈ ਭਾਅ ਜੀ, 2.5 ਦਿਨ ਲਈ ਤਾਂ ਮੈਂ ਜੈਨੂਅਲੀ ਗੱਲ ਦੱਸਾਂ ਵੀ ਮੇਰੀਆਂ ਤਾਂ ਨਾ ਜੱਫੀਆਂ ਨਹੀਂ ਮੁੱਕੀਆਂ, ਮਤਲਬ ਮੈਨੂੰ ਪਿਆਰ ਦੇਣ ਵਾਲੇ ਬੰਦੇ ਆਉਂਦੇ ਸੀ। ਜਦੋਂ ਨਾ ਅਸੀਂ ਗਏ ਸੀ, ਸਾਡੇ ਕੋਲ ਇੱਕ ਸਿੰਗਲ ਜਿਹਾ ਅਟੈਚੀ ਸੀਗਾ, ਲੈ ਕੇ ਚਲੇ ਗਏ। ਜਦੋਂ ਅਸੀਂ ਵਾਪਸ ਆਏ, ਗਦੇ ਵਾਂਗੂ ਲੱਦੇ ਹੋਏ ਸੀ। ਚਾਚੇ ਅਨਵਰ ਦੀ ਜੱਫੀ ਚੇਤੇ ਕਿ ਕਿਸੇ ਹੋਰ ਦੀ ਵੀ ਚੇਤੇ? ਅਨਵਰ ਦੀ ਜੱਫੀ ਚੇਤੇ ਆ, ਮਤਲਬ ਮੈਨੂੰ ਹਜ਼ਾਰਾਂ ਨਵੇਦ ਬਾਈ ਦੀ ਜੱਫੀ, ਮਤਲਬ ਬਹੁਤ
ਜੱਫੀਆਂ ਸਾਨੂੰ ਚੇਤੇ ਨੇ, ਹੈ ਨਾ। ਜਦੋਂ ਤੁਸੀਂ ਜੱਫੀ ਦੀ ਗੱਲ ਕੀਤੀ, ਜਦੋਂ ਮੈਂ ਤੁਹਾਨੂੰ ਸਵਾਲ ਪੁੱਛਿਆ, ਅਨਵਰ ਹੋਰਾਂ ਦਾ ਜ਼ਿਕਰ ਆਇਆ, ਮੈਂ ਤੁਹਾਡੇ ਚਿਹਰੇ ਦੇ ਹਾਵ ਭਾਵ ਵੀ ਨੋਟਿਸ ਕਰ ਰਿਹਾ ਸੀਗਾ। ਇਹ ਜਿਹੜਾ ਅੰਦਰ ਵਸਿਆ ਹੋਇਆ ਕੁਛ ਜੀ ਬਜ਼ੁਰਗਾਂ ਦਾ, ਬਿਲਕੁਲ ਤੁਹਾਡੇ ਬਜ਼ੁਰਗਾਂ ਦਾ, ਬਿਲਕੁਲ, ਇਹ ਕਦੋਂ ਤੋਂ ਛਾਲਾਂ ਮਾਰ ਰਿਹਾ ਸੀਗਾ? ਐਕਚੁਅਲੀ ਕੀ ਹੈ ਨਾ, ਅਨਵਰ ਜੀ ਦੀ ਮੈਂ ਇੱਕ ਇੰਟਰਵਿਊ ਦੇਖੀ ਜਿਹੜੀ, ਉਹ ਤੁਸੀਂ ਜ਼ਿਕਰ ਕੀਤਾ ਸੀ, ਹਾਂ, ਉਸ ਇੰਟਰਵਿਊ ਤੋਂ ਬਾਅਦ ਮੇਰੇ ਮਨ 'ਚ ਇਹ ਬਹੁਤ ਸੀ ਵੀ ਯਾਰ ਮੈਂ ਜਾਣਾ, ਮੈਂ ਜਾਣਾ, ਮੈਂ ਜਾਣਾ। 2 ਸਾਲ ਹੋ ਗਏ ਸੀ ਪਲੈਨ ਬਣਾਉਂਦੇ, ਜਦੋਂ ਕਿ ਜਾਣ ਦਾ ਪਲੈਨ ਬਣਦਾ ਸੀ ਕੁਛ ਨਾ ਕੁਛ ਹੋ ਜਾਂਦਾ ਸੀ, ਕੁਛ ਨਾ ਕੁਛ ਹੋ ਜਾਂਦਾ ਸੀ, ਉਹਦੇ ਚੱਕਰ 'ਚ ਚੀਜ਼ਾਂ ਰਹਿ ਜਾਂਦੀਆਂ ਸੀ। ਯਾਰ ਮੈਂ ਜਦੋਂ ਗਿਆ ਨਾ, ਇੱਕ ਓਨੈਸਟੀ ਜੀ ਵਾਲੀ ਗੱਲ ਆ, ਇਹਨੂੰ ਕਿਸੇ ਮੁੱਦੇ ਨਾਲ ਨਾ ਜੋੜਿਆ ਜਾਵੇ, ਮੈਂ ਉੱਥੇ ਬੰਦਿਆਂ ਕੋਲ ਖੜ ਕੇ ਜਦੋਂ ਐਂ ਗੱਲਾਂ ਕਰਦਾ ਸੀ, ਆਹੀ ਬੋਲੀ ਸੀ, ਆਹੀ ਉਹਨਾਂ ਦਾ ਰੰਗ ਸੀ, ਸਹੀ, ਉਹਨਾਂ ਦੇ ਖੂਨ ਕੱਢ ਕੇ ਦੇਖੋ, ਉਹੀ ਉਹਨਾਂ ਦਾ ਖੂਨ ਸੀ, ਉਹੀ ਸਾਡਾ ਖੂਨ ਸੀ, ਉਹ ਮੈਨੂੰ ਦੇਖ ਕੇ ਖੁਸ਼ ਸੀ, ਮੈਂ ਉਹਨਾਂ ਨੂੰ ਦੇਖ ਕੇ ਖੁਸ਼ ਸੀ। ਹਾਲੇ ਤੱਕ ਇਹ ਨਹੀਂ ਸਮਝ ਲੱਗੀ ਪੰਗਾ ਕੀ ਹੈ, ਠੀਕ ਹੈ, ਪੰਗਾ ਕਿਹਦਾ ਵਾ। ਸੋ ਮੈਂ ਤਾਂ, ਮੈਨੂੰ ਇੰਨਾ ਪਿਆਰ ਮਿਲਿਆ ਮੈਂ ਦੱਸ ਨਹੀਂ ਸਕਦਾ, ਆ ਮੈਂ ਉਹਨਾਂ ਦਾ ਥੈਂਕ ਯੂ ਕਰਦਾ ਕਿ ਉਹਨਾਂ ਨੇ ਕੀਤਾ। ਮੈਂ ਤਾਂ ਕਹਿਣਾ ਯਾਰ ਇਹ ਚੀਜ਼ਾਂ ਖੁੱਲ੍ਹਣ, ਉਹ ਸਾਡੇ ਲਈ ਆਉਣ, ਅਸੀਂ ਉੱਧਰ ਜਾਈਏ, ਸਾਡੇ ਐਕਟਰ ਉੱਧਰ ਕੰਮ ਕਰਨ, ਉਹਨਾਂ ਦੇ ਐਕਟਰ ਸਾਡੇ ਕੰਮ ਕਰਨ, ਲੈਂਗੁਏਜ ਵੱਡੀ ਹੋਵੇ, ਪੰਜਾਬ ਵੱਡਾ ਹੋਵੇ, ਹੈ ਨਾ, ਭਾਵੇਂ ਲਾਈਨਾਂ ਰਹਿਣ, ਪਰ ਜਾਣਾ ਆਉਣਾ ਤਾਂ ਹੋਵੇ ਨਾ ਯਾਰ, ਇੱਕ ਦੂਜੇ ਨੂੰ ਮਿਲ ਸਕੀਏ। ਉੱਥੇ ਇੰਨੇ ਲੋਕ ਬੈਠੇ ਨੇ ਜਿਨ੍ਹਾਂ ਦੇ ਉਰੇ ਆ, ਇੱਕ ਬੰਦੇ ਨੇ ਮੈਨੂੰ ਟਵਿੱਟਰ 'ਤੇ ਟਵੀਟ ਕੀਤਾ, ਕਹਿੰਦਾ ਬਾਈ ਜੀ ਤੁਹਾਡੇ ਜਜ਼ਬਾਤ ਸਮਝ ਕੇ ਨਾ, ਜਦੋਂ ਤੁਸੀਂ ਵੀਡੀਓ, ਉਹਨਾਂ ਨੇ ਮੇਰੀ ਦੇਖੀ ਹੋਣੀ ਜਦੋਂ ਮੈਂ ਘਰੇ ਗਿਆ ਸੀ ਆਪਦੇ, ਕਹਿੰਦੇ ਅੱਜ ਸਾਨੂੰ ਪਤਾ ਲੱਗਿਆ ਵੀ ਸਾਡਾ ਦਾਦਾ ਕਿਉਂ ਕਹਿੰਦਾ ਮੈਨੂੰ ਜਲੰਧਰ ਲੈ ਕੇ ਚੱਲੋ, ਠੀਕ ਹੈ, ਕਹਿੰਦਾ ਯਾਰ ਉਹ ਵੀ ਇਹ ਚਾਹੁੰਦਾ ਸੀ ਜਿਹੜਾ ਤੁਹਾਡੇ ਨਾਲ ਹੋਇਆ। ਸੋ ਪਰ ਚੀਜ਼ਾਂ ਨਹੀਂ ਪੂਰੀਆਂ ਹੋ ਰਹੀਆਂ। ਸੋ ਮੈਂ ਤਾਂ ਇਹ ਕਹਿੰਦਾ ਕਿ ਕੋਈ ਮਾੜਾ ਵਕਤ ਸੀਗਾ, ਉਹ ਚੀਜ਼ਾਂ ਨੂੰ ਮਿੱਟੀ ਪਾਓ, ਪਿਆਰ ਮੁਹੱਬਤ ਦਾ ਸੰਦੇਸ਼ ਲੈ ਕੇ ਅੱਗੇ ਵਧੋ। ਤੂੰ ਨਾ ਬਹੁਤ ਘੈਂਟ ਆ, ਇੱਕ ਸੰਤ ਹੁੰਦਾ ਸੀ ਲੋਕੀ ਯਾਦ ਰੱਖਣਗੇ।